There is chaos around the bank near Green Model Town, Jalandhar. The police is taking a look and tracing the looters. The police is also questioning the staff and security that was present then. The CCTV footage is being examined and the hostages are taken in for questioning. According to the recent updates, the amount to be stolen is supposed to be 16,93,000. The lockers are safe and untouched. We'll keep updating you more. ਇਹ ਦੱਸਦੇ ਹੈਗੇ ਵੀ ਸ਼ਾਰਪੇ ਚ ਵੈਪਨ ਇਹਨਾਂ ਨੇ ਦੇਖਿਆ ਹੈਗਾ ਸ਼ਾਰਪੇ ਚ ਵੈਪਨ ਅੱਛਾ ਫਾਇਰ ਆਰਮ ਹੈਗਾ ਉਹਨਾਂ ਨੇ ਪ੍ਰੋਪਰਲੀ ਨਹੀਂ ਦੇਖਿਆ ਹੈਗਾ ਲੇਕਿਨ ਉਹ ਵੀ ਸ਼ੱਕ ਕਰਦੇ ਵੀ ਸਾਨੂੰ ਦਿਖਾਇਆ ਗਿਆ ਲੇਕਿਨ ਸੀਸੀਟੀਵੀ ਪਤਾ ਲੱਗਾ ਡੀਵੀਆਰ ਜਿਹੜਾ ਉਹ ਲੈ ਗਏ ਨਹੀਂ ਕੁਝ ਦੱਸਿਆ ਲੈ ਗਏ ਨਾਲ ਡੀਵੀਆਰ ਨਾਲ ਲੈ ਗਏ ਨੇ ਕੋਈ ਆਸ-ਪਾਸ ਕੈਮਰੇ ਜਿਹੜੇ ਆਸ-ਪਾਸ ਕੋਈ ਕੈਮਰੇ ਲੱਗੇ ਹੋਣ ਮੈਂ ਟ੍ਰਾਈ ਕਰ ਰਿਹਾ ਹਾਂ ਕਿ ਕੈਮਰਾ ਹੋਵੇ ਭਈ ਆਏ ਕਿਤੇ ਚ ਸੀਗੇ ਉਹ ਕੋਈ ਗੱਡੀ ਲੈ ਕੇ ਆਏ ਹੋ ਸੀਗੇ ਕੁਝ ਜਿੰਨੀ ਕੁ ਅਸੀਂ ਹੁਣ ਤੱਕ ਪੁੱਛਗਿਛ ਕੀਤੀ ਆ ਉਹਦੇ ਵਿੱਚ ਇੰਨਾ ਹੀ ਆਇਆ ਹਜੇ ਤੱਕ ਇਹ ਕਲੈਰਿਟੀ ਨਹੀਂ ਹੋ ਰਹੀ ਹੈਗੀ ਕਿ ਵੀ ਉਹਨਾਂ ਕੋਲ ਵਹੀਕਲ ਕਿਹੜਾ ਸੀ ਕਿਹੜਾ ਵਹੀਕਲ ਉਹਨਾਂ ਨੇ ਯੂਜ਼ ਕੀਤਾ ਫਿਲਹਾਲ ਇੰਨਾ ਹੀ ਆ ਕਿ ਬੈਂਕ ਦੇ ਵਿੱਚ ਐਂਟਰੀ ਹੋਈ ਹੈਗੀ ਆ ਉਹਨਾਂ ਦੀ ਔਰ ਜਦੋਂ ਉਹ ਵਾਪਸ ਗਿਆ ਕਿ ਸਾਰੇ ਨੂੰ ਥੱਲੇ ਇੱਕ ਸੰਦਾ ਬੰਦ ਕਰਕੇ ਤੇ ਇਹ ਵੀ ਨਹੀਂ ਪਤਾ ਲੱਗ ਸਕਿਆ ਕਿੱਧਰ ਨੂੰ ਗਏ ਆ ਤੇ ਕਿਵੇਂ ਗਏ ਸਟਾਫ ਨੂੰ ਮਤਲਬ ਰੂਮ 'ਚ ਬੰਦ ਕਰਕੇ ਗਏ ਸਟਾਫ ਤੇ ਕਿੰਨੇ ਮੈਂਬਰ ਸੀਗੇ ਅੰਦਰ ਬੈਂਕ ਦੇ ਮੁਲਾਜ਼ਮ ਉਸ ਟਾਈਮ ਦੇ ਉੱਤੇ ਜਦੋਂ ਇਹ ਵਾਰਦਾਤ ਹੋਈ ਆ ਕਰੀਬ 3 ਕ ਸੀਗੇ ਤੇ ਆਈਡੀਆ ਕਿ ਕਿੰਨੇ ਵਜੇ ਦੀ ਇਹ ਘਟਨਾ ਵਾ ਦੱਸਦੇ ਹੈਗੇ ਕਿ ਮਤਲਬ 9:15 ਵਜੇ ਤੋਂ ਇਹ ਸਟਾਰਟ ਹੋਈ ਆ ਤੇ 15-20 ਮਿੰਟ ਬੈਂਕ ਦੇ ਵਿੱਚ ਰੁਕੇ ਉਸ ਤੋਂ ਬਾਅਦ ਫਿਰ ਉਹ ਤੇ ਇਹ ਜਿਹੜੀ ਪੁਲਿਸ ਮੁਲਾਜ਼ਮ ਜਿਹੜੇ ਅਧਿਕਾਰੀ ਜਿਹੜੇ ਆ ਉਹ ਜਾਂਚ ਕਰ ਰਿਹਾ ਹੈ ਕੁਝ ਹੱਥ ਪੱਲੇ ਲੱਗਾ ਇਸ ਟਾਈਮ ਕਿ ਲੱਗੂਗਾ ਬਿਲਕੁਲ ਲੱਗੀਆਂ ਸਾਰੇ ਸਰ ਉਸ ਵੇਲੇ ਜਦੋਂ ਲੁਟੇਰੇ ਆਏ ਆ ਉਦੋਂ ਸਿਕਿਉਰਿਟੀ ਵਗੈਰਾ ਨਹੀਂ ਸੀ ਉਰੇ ਉਸ ਟਾਈਮ ਦੇ ਉੱਤੇ ਇਹਨਾਂ ਦੇ ਸਫਾਈ ਵਾਲਾ ਸੀਗਾ ਸਿਕਿਉਰਿਟੀ ਵਾਲੇ ਨਹੀਂ ਸੀ ਬੈਂਕ ਦੀ ਸਿਕਿਉਰਿਟੀ ਕੋਈ ਨਹੀਂ ਸੀ ਉਸ ਟਾਈਮ ਦੇ ਉੱਤੇ ਉਹਦਾ ਸਿਕਿਉਰਿਟੀ ਗਾਰਡ ਹੈ ਇਹਨਾਂ ਕੋਲ ਇੱਥੇ ਇਹਨਾਂ ਨੇ ਤਾਂ ਜੋ ਇਹਨਾਂ ਦੇ ਮੈਨੇਜਰ ਸਾਹਿਬ ਆ ਰਹੇ ਹੈਗੇ ਫਿਲਹਾਲ ਤਾਂ ਸਿਕਿਉਰਿਟੀ ਗਾਰਡ ਅਜੇ ਤੱਕ ਹੈ ਨਹੀਂ ਗਿਆ ਅਸੀਂ ਉਹਨਾਂ ਤੋਂ ਪੁੱਛਾਂਗੇ ਵੀ ਸਿਕਿਉਰਿਟੀ ਗਾਰਡ ਰੱਖਿਆ ਸੀ ਜਾਂ ਨਹੀਂ ਰੱਖਿਆ ਸੀ ਇਹਨਾਂ ਨੇ ਠੀਕ ਹੈ There is chaos around the bank near Green Model Town, Jalandhar. The police is taking a look and tracing the looters. The police is also questioning the staff and security that was present then. The CCTV footage is being examined and the hostages are taken in for questioning. According to the recent updates, the amount to be stolen is supposed to be 16,93,000. The lockers are safe and untouched. We'll keep updating you more. 2,93,000 ਦੱਸਿਆ ਜਾ ਰਿਹਾ ਹੈ ਕਲੈਰਿਟੀ ਨਹੀਂ ਹੈਗੀ ਉਹਦੀ ਜੀ ਲੇਕਿਨ ਪਰਸਨ ਸੀਗੇ ਜਿਹੜੇ ਉਹ 3 ਸੀਗੇ ਠੀਕ ਹੈ ਜੀ ਬਾਕੀ ਹੁਣ ਅਸੀਂ ਵਰਕਆਊਟ ਕਰ ਰਹੇ ਹਾਂ ਇਹਨੂੰ ਟ੍ਰੇਸ ਕਰਨ ਵਾਸਤੇ ਸੀਸੀਟੀਵੀ ਵਗੈਰਾ ਜਿਹੜਾ ਇਹ ਦੱਸਦੇ ਹੈਗੇ ਵੀ ਸ਼ਾਰਪੇ ਚ ਵੈਪਨ ਇਹਨਾਂ ਨੇ ਦੇਖਿਆ ਹੈਗਾ ਸ਼ਾਰਪੇ ਚ ਵੈਪਨ ਅੱਛਾ ਫਾਇਰ ਆਰਮ ਹੈਗਾ ਉਹਨਾਂ ਨੇ ਪ੍ਰੋਪਰਲੀ ਨਹੀਂ ਦੇਖਿਆ ਹੈਗਾ ਲੇਕਿਨ ਉਹ ਵੀ ਸ਼ੱਕ ਕਰਦੇ ਵੀ ਸਾਨੂੰ ਦਿਖਾਇਆ ਗਿਆ ਲੇਕਿਨ ਸੀਸੀਟੀਵੀ ਪਤਾ ਲੱਗਾ ਡੀਵੀਆਰ ਜਿਹੜਾ ਉਹ ਲੈ ਗਏ ਨਹੀਂ ਕੁਝ ਦੱਸਿਆ ਲੈ ਗਏ ਨਾਲ ਡੀਵੀਆਰ ਨਾਲ ਲੈ ਗਏ ਨੇ ਕੋਈ ਆਸ-ਪਾਸ ਕੈਮਰੇ ਜਿਹੜੇ ਆਸ-ਪਾਸ ਕੋਈ ਕੈਮਰੇ ਲੱਗੇ ਹੋਣ ਮੈਂ ਟ੍ਰਾਈ ਕਰ ਰਿਹਾ ਹਾਂ ਕਿ ਕੈਮਰਾ ਹੋਵੇ ਭਈ ਆਏ ਕਿਤੇ ਚ ਸੀਗੇ ਉਹ ਕੋਈ ਗੱਡੀ ਲੈ ਕੇ ਆਏ ਹੋ ਸੀਗੇ ਕੁਝ ਜਿੰਨੀ ਕੁ ਅਸੀਂ ਹੁਣ ਤੱਕ ਪੁੱਛਗਿਛ ਕੀਤੀ ਆ ਉਹਦੇ ਵਿੱਚ ਇੰਨਾ ਹੀ ਆਇਆ ਹਜੇ ਤੱਕ ਇਹ ਕਲੈਰਿਟੀ ਨਹੀਂ ਹੋ ਰਹੀ ਹੈਗੀ ਕਿ ਵੀ ਉਹਨਾਂ ਕੋਲ ਵਹੀਕਲ ਕਿਹੜਾ ਸੀ ਕਿਹੜਾ ਵਹੀਕਲ ਉਹਨਾਂ ਨੇ ਯੂਜ਼ ਕੀਤਾ ਫਿਲਹਾਲ ਇੰਨਾ ਹੀ ਆ ਕਿ ਬੈਂਕ ਦੇ ਵਿੱਚ ਐਂਟਰੀ ਹੋਈ ਹੈਗੀ ਆ ਉਹਨਾਂ ਦੀ ਔਰ ਜਦੋਂ ਉਹ ਵਾਪਸ ਗਿਆ ਕਿ ਸਾਰੇ ਨੂੰ ਥੱਲੇ ਇੱਕ ਸੰਦਾ ਬੰਦ ਕਰਕੇ ਤੇ ਇਹ ਵੀ ਨਹੀਂ ਪਤਾ ਲੱਗ ਸਕਿਆ ਕਿੱਧਰ ਨੂੰ ਗਏ ਆ ਤੇ ਕਿਵੇਂ ਗਏ ਸਟਾਫ ਨੂੰ ਮਤਲਬ ਰੂਮ 'ਚ ਬੰਦ ਕਰਕੇ ਗਏ ਸਟਾਫ ਤੇ ਕਿੰਨੇ ਮੈਂਬਰ ਸੀਗੇ ਅੰਦਰ ਬੈਂਕ ਦੇ ਮੁਲਾਜ਼ਮ ਉਸ ਟਾਈਮ ਦੇ ਉੱਤੇ ਜਦੋਂ ਇਹ ਵਾਰਦਾਤ ਹੋਈ ਆ ਕਰੀਬ 3 ਕ ਸੀਗੇ ਤੇ ਆਈਡੀਆ ਕਿ ਕਿੰਨੇ ਵਜੇ ਦੀ ਇਹ ਘਟਨਾ ਵਾ ਦੱਸਦੇ ਹੈਗੇ ਕਿ ਮਤਲਬ 9:15 ਵਜੇ ਤੋਂ ਇਹ ਸਟਾਰਟ ਹੋਈ ਆ ਤੇ 15-20 ਮਿੰਟ ਬੈਂਕ ਦੇ ਵਿੱਚ ਰੁਕੇ ਉਸ ਤੋਂ ਬਾਅਦ ਫਿਰ ਉਹ ਤੇ ਇਹ ਜਿਹੜੀ ਪੁਲਿਸ ਮੁਲਾਜ਼ਮ ਜਿਹੜੇ ਅਧਿਕਾਰੀ ਜਿਹੜੇ ਆ ਉਹ ਜਾਂਚ ਕਰ ਰਿਹਾ ਹੈ ਕੁਝ ਹੱਥ ਪੱਲੇ ਲੱਗਾ ਇਸ ਟਾਈਮ ਕਿ ਲੱਗੂਗਾ ਬਿਲਕੁਲ ਲੱਗੀਆਂ ਸਾਰੀ ਸਰ ਉਸ ਵੇਲੇ ਜਦੋਂ ਲੁਟੇਰੇ ਆਏ ਆ ਉਦੋਂ ਸਿਕਿਉਰਿਟੀ ਵਗੈਰਾ ਨਹੀਂ ਸੀ ਉਰੇ ਉਸ ਟਾਈਮ ਦੇ ਉੱਤੇ ਇਹਨਾਂ ਦੇ ਸਫਾਈ ਵਾਲਾ ਸੀਗਾ ਸਿਕਿਉਰਿਟੀ ਵਾਲੇ ਨਹੀਂ ਸੀ ਬੈਂਕ ਦੀ ਸਿਕਿਉਰਿਟੀ ਕੋਈ ਨਹੀਂ ਸੀ ਉਸ ਟਾਈਮ ਦੇ ਉੱਤੇ ਉਹਦਾ ਸਿਕਿਉਰਿਟੀ ਗਾਰਡ ਹੈ ਇਹਨਾਂ ਕੋਲ ਇੱਥੇ ਇਹਨਾਂ ਨੇ ਤਾਂ ਜੋ ਇਹਨਾਂ ਦੇ ਮੈਨੇਜਰ ਸਾਹਿਬ ਆ ਰਹੇ ਹੈਗੇ ਫਿਲਹਾਲ ਤਾਂ ਸਿਕਿਉਰਿਟੀ ਗਾਰਡ ਅਜੇ ਤੱਕ ਹੈ ਨਹੀਂ ਗਿਆ ਅਸੀਂ ਉਹਨਾਂ ਤੋਂ ਪੁੱਛਾਂਗੇ ਵੀ ਸਿਕਿਉਰਿਟੀ ਗਾਰਡ ਰੱਖਿਆ ਸੀ ਜਾਂ ਨਹੀਂ ਰੱਖਿਆ ਸੀ ਇਹਨਾਂ ਨੇ ਠੀਕ ਹੈ